बंदा है दलाल सी लेकिन पूरे काम होने वाले की थे शायद ना भाई सोते थे टाइम से पजिया। अस्सलाम वालेकुम जी मार्का की हाल चाल है ठीक हो खुश हो आबाद हो बाल बच्चे निके वड्डे आंडी गुआंढी सब ठीक ठाक ने जी ते वेलकम कर रहा तुहाडा सी अज दे न्यू ब्लॉग ते न्यू वीडियो विच ते मैं सिर्फ फेक ते तुसी वेख रहे हो मेरा यूट्यूब चैनल निक्का चौधरी ऑफिशियल जिन्हों हाले तक तुसी सब्सक्राइब नहीं किया ते जनाब अज असी वेचन जा रहे हैं अपनी पुरानी फिर जिहड़ी 15 सालों तों चल रही सी जिन्हों असी बीमार करके रख छड़िया सी ते अज अमीन साहब ने लैनी उन्होंने मैनूं कीती कॉल भी आ जा ते कित्थे जाके करने उन्होंने कोई सौदाबाजियां ते मुक मुका वी की करदा की नहीं ते बाकी बखाने तेरे नाल आ पहुंच गया जी साढ़े व्यापारी एक डॉक्टर नाल व्यापारी यार अक्रम दे मुंडे दा भी हाथ दे गया था वो कह रहा मैं रहना मेरे काम करो अक्रम दा वो नहीं पारा रही आशक आखन दिया मेरे कह दिया मेरे गल करो बाग मैं रहना बहुत आंदा है मुल्तान है ऐसा वेखे जी मैं डॉक्टर नीम साहब बंदे दे पुत्रा ना मैं रखनु दलाल ही भरिया पूरा दलाल नाम अली पढ़ गया। A few moments later. ਨਾ ਫ੍ਰਿਜ ਦਾ ਹੋ ਗਿਆ ਸੌਦਾ ਸ਼ਰੀਫ ਇਹਨਾਂ ਨੇ ਲੈ ਲਈ ਤੇ ਮੈਂ ਵੇਚੀ ਤੇ ਉਹਨਾਂ ਦੀ ਖੁਸ਼ੀ ਚ ਫ੍ਰਿਜ ਲੈਣ ਦੀ ਖੁਸ਼ੀ ਚ ਆ ਗਏ ਕਿਸੇ ਨੇ ਖਾਣੇ ਹੁਣ ਤੇ ਦੱਸਿਓ ਉੱਥੇ ਨਾਲ ਫੂਡ ਪਲਾਂਟ ਦੇ ਪੈਸੇ ਭਰ ਕੇ ਖਾ ਲਏ ਅਸੀਂ ਨਹੀਂ ਦੇਣੇ ਨਾ ਡਾਕਟਰ ਸਾਹਿਬ ਇਹ ਡਾਕਟਰ ਸਾਹਿਬ ਨੇ ਵਿੱਚੋਂ ਐਵੇਂ ਲੱਤ ਕਢਾਈ ਐਵੇਂ ਨਿਕਲ ਗਿਆ ਸੌਦੇ ਚ ਵੀ ਇਹ ਬੰਦਾ ਦਲਾਲ ਸੀ ਲੇਕਿਨ ਪੂਰੇ ਕੰਮ ਉਹਨਾਂ ਵਾਲੇ ਕੀਤੇ ਸ਼ਾਇਦ ਨਾ ਬਈ ਸੌਦੇ ਤੇ ਟਾਈਮ ਤੇ ਭਜਿਆ ਆਪਣੇ ਸਿਰ ਸਾਫ ਹੋ ਗਿਆ ਲੇਕਿਨ ਜੇ ਇਹਨੇ ਜੋ ਦੱਸਿਆ ਉਧਰੋਂ ਨਹੀਂ ਮੇਰੇ ਜੋਧਰ ਦੱਸਿਆ ਉਹਨਾਂ ਨੇ ਕਿਹਾ ਮੈਂ ਨਹੀਂ ਲਿਆ ਬਸ ਮੈਂ ਪੰਗੇ ਪਗਾਈ ਦੀਆਂ ਸ਼ਿਕਾਇਤ ਕਰਕੇ ਇਹ ਹੁਣ ਡਾਕਟਰ ਮੀਨ ਸਾਹਿਬ ਨੂੰ ਪੈ ਗਿਆ जी जनाब साडा तो सर गया जिमें कि मैं फ्रीज फिर मीन साहब ने लई फ्रीज तो उन्होंने इसे खुशी से पै गए तो असं वेचन वाले असी गए बच गए तो हूँ ऐसी पहुँच गए अपने फूड पॉइंट से मैं घर वाले वास्ते लिया जी ये ना सू घर ही ना वड़न देन ये अपने साडे कजन ने बनाया तो माशाल्लाह फूड पॉइंट तो बड़ा अच्छा निजाम है वेखी बाकी तू खाने तो वेखने भी कैसा रहा टेस्ट आज A few moments later. जनाब नवे मालक फ्रिज दे उन्हां दा अपना शकील दे खास चौधरी मीन साहब दा पहुंच गया ते फ्रिज लोड कर दित्ते फ्रिज दा ढक्कन नाल ही खोल गया ते ध्यान नाल पइया वो आज तो करन गया लखार करे लोड ते पहचान गया ते क्योंकि उन्होंने दो तीन दिन का टाइम किया सी लेकिन उन्होंने रिक्शा अज ही चल गया अल्लाह दे हुक्म नाल अज ही लै गए ने ते विचों एक निकली किरी किरली ते बचा पइया औखा हो के मेरे संग किरली वेख के एवें तरह निकल जांदे सी 2000 years later ਜੀ ਤੇ ਮਾਰਕਾ ਫਾਈਨਲੀ ਸਾਡੀ ਫ੍ਰਿਜਾਂ ਵਾਲਾ ਜਿਹੜਾ ਨਵੀਂ ਲੈਣ ਵਾਲਾ ਤੇ ਪੁਰਾਣੀ ਵੇਚਣ ਵਾਲਾ ਤੇ ਉਹਨਾਂ ਪਰਮਾ ਸਾਰਾ ਮਾਮਲਾ ਜਿਹੜੇ ਅੱਜ ਹੋ ਗਏ ਜੀ ਖਤਮ ਉਹ ਅਸੀਂ ਫ੍ਰਿਜ ਜਨਾਬ ਜਿਹੜੀ ਪੁਰਾਣੀ ਤਕਰੀਬਨ 15 ਸਾਲਾਂ ਤੋਂ ਚਲਾ ਰਹੇ ਸਾਂ ਬੜਾ ਉਹਨੇ ਸਾਡਾ ਸਾਥ ਦਿੱਤਾ ਮਾਸ਼ਾਅੱਲਾ ਹੁਣ ਆ ਗਈ ਚਲੀ ਗਈ ਜੀ ਬਈ ਮਾਇਮੀਨ ਨੇ ਉਹਨੇ ਲੈ ਲਈ ਅੱਲਾ ਉਹਨਾਂ ਦੇ ਕਰੇ ਮੁਕੱਦਰਾਂ ਦੇ ਵਿੱਚ ਉਹਨੇ ਕਰਕੇ ਸੈਟਿੰਗ ਕਰਕੇ ਰੱਖੇ ਵੇਚੇ ਜਿਵੇਂ ਵੀ ਕਰੇ ਅੱਲਾ ਉਹਨੂੰ ਘਟਾਵੇ ਜਿਹਨੂੰ ਕਹਿੰਦੇ ਨਾ ਚਲੋ ਉਹਨਾਂ ਦਾ ਕਾਰੋਬਾਰ ਅੱਲਾ ਖੈਰ ਕਰੇ ਤੇ ਬਾਕੀ ਸਾਡੇ ਕੋਲ ਜਿੰਨੀ ਦੇਰ ਰਹੀ ਵਿਚਾਰੀ ਬਹੁਤ ਚੰਗੀ ਚੱਲੀ ਬੜੀ ਬਰਫ਼ ਜਮਾਈ ਤੇ ਬਹੁਤ ਉਹਨੇ ਸਾਡੇ ਕੰਮ ਆਈ ਤੇ ਪਰ ਸਾਡਿਆਂ ਨੇ ਉਹਦੇ ਨਾਲ ਕੀਤੀ ਵੀ ਬੜੀ ਸਾਰੀ ਹੈ ਬਾ ਚਲੋ ਫਾਈਨਲੀ ਹੁਣ ਅੱਲਾ ਖੈਰ ਕਰੇ ਤੇ ਦੂਸਰੀ ਜਿਹੜੀ ਹੈ ਉਹ ਚਾਰ ਰਹੀ ਅੱਲਾ ਕਰੇ ਉਹ ਠੀਕ ਠਾਕ ਚੱਲੇ ਤੇ ਸਾਡੇ ਜਿਵੇਂ ਪੈਸੇ ਇੱਕ ਵਾਰੀ ਲੱਗੇ ਨੇ ਅੱਲਾ ਕਰੇ ਤੇ ਵਿੱਚ ਕੋਈ ਨੁਕਸਾਨ ਸ਼ੁਕਸਾਨ ਐਸਾ ਵੈਸੇ ਕੋਈ ਇਨਕਮ ਨਾ ਬਣੇ ਤੇ ਫਿਰ ਹੁਣ ਫਾਈਨਲੀ ਅਸੀਂ ਜਨਾਬ ਪਹੁੰਚ ਗਏ ਆਪਣੇ ਪੱਠਿਆਂ ਦੀ ਛੀਂ ਜਿਹੜਾ ਪੁਰਾਣਾ ਜਿਹੜੇ ਸੀ ਯਾਨੀ ਕਿ ਸਾਡਾ ਜੱਦੀ ਪੁਸ਼ਤੀ ਜਿਹੜਾ ਕੰਮ ਕਰਨ ਵਾਲਾ ਜ਼ਰੂਰੀ ਕੰਮ ਜਿਹੜਾ ਹੈ ਨਾ ਉਹ ਹੁਣ ਅਸੀਂ ਕਰਨ ਵਾਸਤੇ ਪਹੁੰਚ ਗਏ ਜੀ ਆਪਣੇ ਪੱਠਿਆਂ ਸ਼ਰੀਫ 'ਚ ਕਿਉਂਕਿ ਹੁਣ ਪੱਠੇ ਵੱਢਾਂਗੇ ਅਤੇ ਕੰਮ ਕਾਵਾਂਗੇ ਅਤੇ ਕੱਲ੍ਹ ਦਾ ਫਿਰ ਸਾਡਾ ਚੌਕਾਦਨ ਦਾ ਪ੍ਰੋਗਰਾਮ ਤੁਸੀਂ ਵੇਖਦੇ ਤਕਰੀਬਨ ਹੀ ਮੇਰਾ ਚੌਕਾਦਨ ਦਾ ਪ੍ਰੋਗਰਾਮ ਹੁੰਦਾ ਤਾਂ ਫਾਈਨਲੀ ਚਲੋ ਅੱਜ ਵਾਸਤੇ ਇੰਨਾ ਹੀ ਕਾਫੀ ਹੈ ਕਿਉਂਕਿ ਹੁਣ ਪੱਠੇ ਵੱਢਣਾ ਕੰਮ ਜਿਹੜਾ ਨਾ ਉਧਰੋਂ ਸ਼ਾਮ ਵਾਲਾ ਹੋਣ 'ਤੇ ਲੱਗ ਲਗਾ ਹੈ ਮਿਲਦੇ ਹਾਂ ਕਿਸੇ ਅਗਲੇ ਵਲਾਗ ਅਗਲੀ ਵੀਡੀਓ ਦੇ ਵਿੱਚ ਉਸ ਤੱਕ ਲਈ ਜੀ ਅੱਲਾ ਹਾਫਿਜ਼ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਲਾ ਹਾਫਿਜ਼।